ਮੁਹੰਮਦ ਮਨਸ਼ਾ ਯਾਦ ਦੀ ਕਹਾਣੀ ਹੈ ਜੇ ਕੋ ਪੁੱਛੇ ਇੱਕ ਦਿਨ ਉਹ ਪੜ੍ਹਾਈ ਦੇ ਕੰਮ ਕਰ ਤੋਂ ਵੇਲੀ ਹੋ ਕੇ ਘਰ ਜਾਣ ਲੱਗੀ ਤਾਂ ਬੀਬੀ ਜੀ ਹੋਰਾਂ ਕੁਝ ਪੁਰਾਣੇ ਕੱਪੜੇ ਦਿੱਤੇ ਇਹਨਾਂ ਤੋਂ ਰਾਣਿਆਂ ਲੀੜਿਆਂ ਚ ਜ਼ੈਰ ਮੋਰੀ ਰੰਗ ਦਾ ਇੱਕ ਮਰਦਾਨਾ ਕੁੜਤਾ ਹੋਈ ਸੀ ਇਸ ਕੁੜਤੇ ਨੂੰ ਧੋਂਦਿਆਂ ਨਚੋੜਦਿਆਂ ਹੋਇਆਂ ਕਈ ਵਾਰੀ ਉਹਦੇ ਜੁੱਸੇ ਚ ਬਿਜਲੀ ਦੀ ਰੌਣ ਜੀ ਦੌੜ ਗਈ ਸੀ ਬੀਬੀ ਜੀ ਇਹ ਵੀ ਆਹੋ ਲੈ ਜਾ ਤੇਰਾ ਭਰਾ ਪਾ ਲੇਗਾ ਉਹ ਸਲਾਮ ਕਰਕੇ ਛੇਤੀ ਛੇਤੀ ਘਰ ਆਈ। ਉਹਨੂੰ ਇੰਜ ਲੱਗ ਰਿਆ ਸੀ ਜਿਵੇਂ ਕੋਈ ਬਹੁਤ ਵੱਡਾ ਖਜ਼ਾਨਾ ਹੱਥਾਂ ਆ ਲੱਗਾ ਹੋਵੇ। ਜੇ ਕੋ ਪੁੱਛੇ ਖਜ਼ਾਨਾ ਕਿੱਥੋਂ ਲੱਭਿਆ ਤੂੰ ਆਖ ਦੇਈ ਬੀਬੀ ਜੀ ਨੇ ਦਿੱਤਾ। ਚਾਰ ਨਾਲ ਉਹ ਹੱਸੀ ਜਾਂਦੀ ਸੀ ਉਹਦੀ ਮਾਂ ਨੇ ਹੈਰਾਨ ਹੋ ਕੇ ਪੁੱਛਿਆ ਕੀ ਗੱਲ ਹੈ ਕੁੜੀ ਇੰਨੀ ਖੁਸ਼ ਕਿਉਂ ਹੈ? ਜਵਾਬ ਚ ਉਹਨੇ ਸਾਰੇ ਕੱਪੜੇ ਮਾਗ ਗਏ ਢੇਰ ਕਰਤੇ। ਉਹ ਦਵਾਈ ਦੇਣ ਲੱਗ ਪਈ। ਅੱਲਾ ਉਹਨਾਂ ਨੂੰ ਪੁੱਤਰ ਦੀਆਂ ਖੁਸ਼ੀਆਂ ਵਿਖਾਏ ਲੰਮੀ ਹਯਾਤ ਦੀ ਹੋਵੇ। ਤੇ ਉਹਦੀ ਮਾਂ ਨੇ ਕਿ ਇੱਕ ਕਪੜਾ ਖੋਲ ਕੇ ਫਰੋਲ ਕੇ ਵੇਖਿਆ ਫਿਰ ਖੁਸ਼ ਹੋ ਕੇ ਆਖਣ ਲਗੀ ਤੂੰ ਉਹਨਾਂ ਦੀ ਖੇਦਮਤ ਕਰਦੀ ਰਿਆ ਕਰ ਤੇਰੇ ਦੀਨ ਦੁਨੀਆ ਦੋ ਇਹ ਸੌਰ ਜਾਣਗੇ ਮਾਂ ਉਹਨੇ ਝੁੱਕ ਕੇ ਆਖਿਆ ਆਖ ਤੇ ਜਿਵੇਂ ਕੋਈ ਸ਼ਹਿਜ਼ਾਦੀ ਆਪਣੀ ਮਾਲਕਣ ਮਾਂ ਤੋਂ 12 ਦਰੀ ਬਣਵਾ ਦੇ ਜਾਂ ਨਵਾਂ ਬਾਗ ਲਗਵਾ ਦੇਣ ਦੀ ਫਰਮੈਸ਼ ਕਰ ਰਹੀ ਹੋਵੇ ਉਹਨੇ ਆਖਿਆ ਇਹ ਥੱਗਾ ਮੈਨੂੰ ਦੇ ਦੇ ਇਹ ਤੇ ਮਰਦਾਨਾ ਹੈ ਉਹਦੀ ਮਾਂ ਨੇ ਕਿਹਾ ਨਾਲੇ ਵੱਡੇ ਨਾਪ ਦਾ ਮੈਂ ਸੀ ਲਾਵਾਂਗੀ ਤੂੰ ਦੇ ਦੇ ਨਾ ਚੰਗਾ ਉਹ ਖੁਸ਼ੀ ਨਾਲ ਖੇਡ-ਖੇਡ ਹੱਸੀ ਤੇ ਕੁੜਤਾ ਲੈ ਕੇ ਅੰਦਰ ਟੁਰ ਗਈ ਜਿਵੇਂ ਉਹਨੂੰ ਡਰ ਹੋਵੇ ਕਿ ਮਾਂ ਆਪਣੇ ਜ਼ਬਾਨ ਤੋਂ ਫਿਰ ਨਾ ਜਾਏ। ਮੁੰਜ ਤੇ ਬੀਬੀ ਜੀ ਸਾਰਿਆਂ ਨਾਲ ਚੰਗਾ ਸਲੂਕ ਕਰਦੇ ਸੀ ਪਰ ਉਹਦੇ ਤੇ ਬਹੁਤ ਮਿਹਰਬਾਨ ਸਨ। ਹਰ ਦੂਜੇ ਤੀਜੇ ਵਧਾਇਆ ਸਲੂਣਾ, ਵੱਧੂ ਦੁੱਧ, ਲੱਸੀ ਤੇ ਖਾਣ-ਪੀਣ ਦੀਆਂ ਦੂਜੀਆਂ ਚੀਜ਼ਾਂ ਘਰ ਲੈ ਜਾਣ ਲਈ ਉਹਨੂੰ ਦਿੰਦੇ ਰਹਿੰਦੇ ਸਨ। ਉਹ ਆਪਣਾ ਹੰਡਿਆ ਵਰਤਿਆ ਵੀ ਉਹਦੇ ਘਰ ਹੀ 깔ਦੇ ਸਨ। ਉਹ ਵੀ ਉਹਨਾਂ ਦੀ ਖਿਦਮਤ ਸਭ ਤੋਂ ਵੱਧ ਕਰਦੀ ਸੀ। ਸਾਰਿਆਂ ਤੋਂ ਪਹਿਲਾਂ ਉਹਦੀ ਘਰ ਤੋਂ ਅੰਦਰੋਂ ਬਾਹਰੋਂ پوਕਰ ਨਾਲ ਸਫਾਈ ਕਰਦੀ, ਭਾਂਡੇ ਧੋਂਦੀ, ਕੁਕੜੀਆਂ ਨੂੰ ਦਾਣਾ ਪਾਉਂਦੀ, ਘੜੇ ਭਰਦੀ। ਫਿਰ ਜਦੋਂ ਦੂਜੀਆਂ ਆ ਜਾਂਦੀਆਂ ਉਹਨਾਂ ਦੇ ਨਾਲ ਨੰਗੇ ਪੈਰੀਂ ਭਉਂਤੇ ਬਹਿ ਕੇ ਸਬਕ ਯਾਦ ਕਰਦੇ। ਜੇ ਕੋ ਪੁੱਛੇ ਤੂੰ ਬੰਦਾ ਕਿਸ ਦਾ ਹੈ ਤੂੰ ਆਖ ਜੀ ਜੀ ਅੱਲਾ ਤਾਲਾ ਦਾ। ਸਬਕ ਪੜਨ ਤੇ ਯਾਦ ਕਰਨ ਦੇ ਬਾਅਦ ਸਾਰੀਆਂ ਕੁੜੀਆਂ ਟੁਰ ਜਾਂਦੀਆਂ। ਪਰ ਉਹ ਆਪਣੇ ਲਈ ਕੋਈ ਨਾ ਕੋਈ ਕੰਮ ਲੱਭ ਲੈਂਦੀ। ਮੁੰਜ ਤੇ ਬੀਬੀ ਜੀ ਦੇ ਸਾਰੇ ਕੰਮ ਕਰਨ ਚ ਉਹਨੂੰ ਖੁਸ਼ੀ ਹੁੰਦੀ ਸੀ ਪਰ ਕੱਪੜੇ ਧੋਣ ਦਾ ਕੰਮ ਉਹਨੂੰ ਬਹੁਤ ਹੀ ਚੰਗਾ ਲੱਗਦਾ। ਖਾਸ ਕਰਕੇ ਜਦੋਂ ਉਹਨਾਂ ਦਾ ਪੁੱਤਰ ਸ਼ਹਿਰੋਂ ਆਇਆ ਹੁੰਦਾ। ਬੀਬੀ ਜੀ ਉਹਦੀ ਧੁਲਾਈ ਦੀ ਬੜੀ ਤਾਰੀਫ਼ ਕਰਦੇ ਸਨ ਤੇ ਉਹਨੂੰ ਲਾਣੀ ਤੇ ਖਾਰ ਨਾਲ ਆਪਣੇ ਘਰ ਦੇਆਂ ਲੋਕਾਂ ਦੇ ਮੋٹے ਖਰਵੇ ਤੇ ਪਾਟੇ ਪੁਰਾਣੇ ਕੱਪੜੇ ਧੋਣ ਦੇ ਮੁਕਾਬਲੇ 'ਚ ਸਾਬਣ ਨਾਲ ਇਹ ਰੰਗ-ਬਰੰਗੇ ਰੇਸ਼ਮੀ ਤੇ ਕੋਲੇ ਕੱਪੜੇ ਧੋਣ 'ਚ ਬੜਾ ਸਵਾਦ ਆਉਂਦਾ ਸੀ। ਇਹਨਾਂ 'ਚੋਂ ਖੁਸ਼ਬੂ ਹੀ ਅਜੀਬ ਆਉਂਦੀ ਜਿਹੜੀ ਉਹਦੇ ਲਈ ਬੜੀ ਅਸਚਰਜ ਸੀ। ਲੰਬੜਾਂ ਦੇ ਬਾਗ 'ਚ ਖਿੜਨ ਵਾਲੇ ਗੁਲਾਬ ਤੇ ਮੋਤੀ ਇਹਦੇ ਫੁੱਲਾਂ ਹੱਥਾਂ 'ਤੇ ਲਾਈ ਸਜਰੀ ਮਹਿੰਦੀ ਬੂਰ ਤੇ ਆਏ ਹੋਏ ਅੰਬਾਂ ਤੇ ਮੀਂਹ ਪਿੱਛੇ ਭੁਏ ਵਿੱਚੋਂ ਹੌਲੀ-ਹੌਲੀ ਨਿਕਲਦੀ ਖੁਸ਼ਬੂ ਤੋਂ ਵੱਖਰੀ ਤੇ ਇੰਨਾ ਮੁਲਾਇਮ ਤੇ ਮੱਦਮ ਕਿ ਇੱਕ ਵਾਰੀ ਸੁੰਗਣ ਨਾਲ ਮੁੱਕ ਜਾਏ ਪਰ ਫੇਰ ਕਈ-ਕਈ ਦਿਨ ਸੁੰਗਣ ਵਾਲੇ ਦੇ ਅੰਦਰੋਂ ਆਉਂਦੀ ਰਹੇ ਕੋਈ ਨਾ ਕੱਪੜਿਆਂ ਨੂੰ ਹੱਥ ਲਾਉਂਦੀ ਤੇ ਉਹਦੇ ਪਿੰਡੇ ਉੱਤੇ ਕੀੜੀਆਂ ਜੀਆਂ ਟੁਰਨ ਲੱਗ ਪੈਂਦੀਆਂ ਉਹਨਾਂ ਉੱਤੇ ਸਾਬਣ ਰਗੜਦੀ ਤੇ ਉਹਨੂੰ ਜਾਪਦਾ ਉਹ ਆਪੂੰ ਵੀ ਖੁਰਨ ਲੱਗ ਪਈ ਸਵਾਦ ਲਈ ਝੱਗ ਨਾਲ ਉਹਦੇ ਹੱਥ ਲਿਬੜ ਜਾਂਦੇ। ਕੱਪੜਿਆਂ ਨੂੰ ਧੋ ਕੇ ਨਚੋੜ ਕੇ ਰੱਸੀ ਉੱਤੇ ਟੰਗਦੀ ਤੇ ਉਹਨੂੰ ਲੱਗਦਾ ਉਹਦੀ ਆਪਣੀ ਰੂਹ ਦੀ ਮੈਲ ਵੀ ਲੈ ਗਈ ਏ ਤੇ ਧੁੱਲ ਕੇ ਨਵੀਂ ਨਕੂਰ ਹੋ ਗਈ। ਸਭੋ ਕੁਝ ਸਜਰਾ ਸਜਰਾ ਚੰਗਾ ਚੰਗਾ ਜਾਪਨ ਲੱਗ ਪੈਂਦਾ। ਜਿਸ ਰਾਤੀ ਉਹਨੇ ਕੁੜਤਾ ਪਾ ਲਿਆ ਉਸ ਰਾਤੀ ਉਹਨੂੰ ਖੁਸ਼ੀ ਨਾਲ ਨੀਂਦ ਨਹੀਂ ਆਈ। ਉਹਨੂੰ ਲੱਗਦਾ ਜਿਵੇਂ ਕੁੜਤਾ ਪਾ ਕੇ ਹਵਾ ਛੁੱਟਣ ਲੱਗ ਪਵੇ। ਪਿੰਡ ਦੇ ਲੋਕੀ ਹੈਰਾਨ ਹੋ ਕੇ ਅਸਮਾਨ ਵੱਲ ਵੇਖਣ ਤੇ ਉਹ ਹਵਾ ਛੁੱਟਦੀ ਚੰਨ ਦੀ ਚਾਨਣੀ 'ਚ ਘੁਲ ਜਾਏ। ਉਸ ਰਾਤੀ ਉਹਨੇ ਬੜਾ ਸੁਆਦੀ ਖਾਬ ਦੇਖਿਆ ਜਿਹੜਾ ਉ ਤਖਤ ਮੋਰਚਲ ਕਨੀਜ਼ਾਂ ਵੱਡੇ ਵੇਲੇ ਅੱਖ ਖੁੱਲੀ ਤੇ ਉਹ ਥੱਕੀ ਥੱਕੀ ਸੀ ਮਾਂ ਆਟਾ ਗੁੰਨੇ ਪਈ ਸੀ ਤੇ ਭਾਈ ਲੱਕੜੀਆਂ چیرਦਾ ਪਿਆ ਸੀ ਤੇ ਉਹਨੂੰ ਕੁਰਤੇ ਦਾ ਚੇਤਾ ਆਇਆ ਤੇ ਉਹਨੂੰ ਲੱਗਾ ਜਿਵੇਂ ਉਹਦੇ ਅੰਦਰ ਹਿਆਤੀ ਦੀ ਨਵੀਂ ਲਹਿਰ ਦੌੜ ਗਈ ਹੋਵੇ ਉਹ ਨਸਕੇ ਅੰਦਰ ਗਈ ਤੇ ਕੁਰਤਾ ਚੁੱਕ ਕੇ ਸੀਨੇ ਨਾਲ ਲਾਇਆ ਉਹਦੇ ਸਾਰੇ ਜੁੱਸੇ ਚ ਸੁੱਤੀਆਂ ਚਿੰਗਾ ਭਖਣ ਲੱਗ ਪਏ ਉਹਨੇ ਛੇਤੀ ਨਾਲ ਕੋੜਤੇ ਨੂੰ ਉੱਥੇ ਸੁੱਟ ਦਿੱਤਾ ਤੇ ਬਾਹਰ ਆ ਗਏ। ਉਸੇ ਦਿਨ ਜਦੋਂ ਬੀਬੀ ਜੀ ਦੇ ਘਰ ਆਪੜੀ ਤੇ ਉਹਨੇ ਇੱਕ ਹੋਰ ਖੁਸ਼ਖਬਰੀ ਸੁਣੀ। ਉਹਨਾਂ ਦਾ ਪੁੱਤਰ ਇਮਤੀਆਜ਼ ਦੇ ਕੇ ਪਿੰਡ ਵਾਪਸ ਆ ਰਿਹਾ ਸੀ। ਪਰ ਇਹ ਸ ਖੁਸ਼ਖਬਰੀ ਦਾ ਤਲਕ ਤੇ ਬੀਬੀ ਜੀ ਨਾਲ ਸੀ ਜਿਹੜੇ ਆਪਣੇ ਆਪਣੀ ਪੱਤਰੀ ਨਾਲ ਉਹਦਾ ਵਿਆਹ ਕਰਨਾ ਤੇ ਉਹਦੇ ਸਿਰ ਤੇ ਸੇਰਾ ਵੇਖਣਾ ਚਾਹੁੰਦੇ ਸਨ। ਜਾਂ ਫਿਰ ਅੱਲਾ ਵਸਾਈ ਨਾਲ ਸੀ ਜਿਹਦਾ ਸਾਲਮ ਟਾਂਗਾ ਕਰਾ ਕੇ ਉਹਨੇ ਆਉਣਾ ਸੀ। ਇਆ ਫਿਰ ਗਲੀਆਂ ਦੇ ਉਹ ਰਾਰ ਪਾਰ ਦੀਆਂ ਕੱਚੀਆਂ ਪੱਕੀਆਂ ਕੰਧਾਂ ਨਾਲ ਸੀ ਜਿਨ੍ਹਾਂ ਦੇ ਵਿੱਚ ਘਰੋਂ ਨੇ ਲੰਘ ਕੇ ਆਉਣਾ ਸੀ ਫਿਰ ਉਹ ਕਿਉਂ ਖੁਸ਼ ਹੋ ਰਹੀ ਸੀ ਅੱਜ ਮੇਰੇ ਨਾਲ ਕੌਣ ਕੰਮ ਕਰਾਏਗੀ ਬੀਬੀ ਜੀ ਪੁੱਛ ਰਹੇ ਸਨ ਮੈਂ 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 ਪਰ ਉਹ ਚੁੱਪ ਰਹੀ ਉਹਦੇ ਦਿਲ ਤੇ 6:00 ਵਜੇ ਸੀ ਬੀਬੀ ਜੀ ਉਹਦੇ ਹੁੰਦਿਆਂ ਹੋਇਆਂ ਦੂਜੀਆਂ ਕੋਲੋਂ ਕਿਉਂ ਪੁੱਛ ਰਹੇ ਸਨ ਐਨਾਈਤੀ ਤੂੰ ਜ਼ਰਦੇ ਦਾ ਰੰਗ ਲਿਆ ਐਮਨਾ ਤੂੰ ਕੁੱਕੜੀ ਹਲਾਲ ਕਰਵਾ ਲਿਆ ਅਫਤਰੀ ਤੂੰ ਝੋਲ ਸার্ভ ਕਰ ਦੇ ਤੇ ਮੈਂ ਕੀ ਕਰਾਂ ਉਹਨੇ ਵਿੱਚ ਵਿੱਚ ਸੜ ਕੇ ਆ ਗਿਆ ਆਪਣਾ ਸਿਰ ਤੇ ਤੂੰ ਬੇਬੀ ਜੀ ਨੂੰ ਅਖੀਰੋ ਦਾ ਖਿਆਲ ਵੀ ਆ ਗਿਆ ਉਹਨਾਂ ਪਲ ਦੀ ਪਾਲ ਨੂੰ ਅਜਈਆਂ ਨਜ਼ਰਾਂ ਨਾਲ ਵੇਖਿਆ ਜਿਹੜੀਆਂ ਉਹਦੇ ਆਰ ਪਾਰ ਹੋ ਗਈਆਂ ਉਹਨੂੰ ਲੱਗਾ ਜਿਵੇਂ ਉਹਨਾਂ ਅੰਦਰ ਦਾ ਸਾਰਾ ਹਾਲ ਪੜ ਲਿਆ ਹੋਵੇ ਪਰ ਉਹਦੇ ਅੰਦਰ ਕੀ ਸੀ ਕੁਝ ਵੀ ਤੇ ਨਹੀਂ ਸੀ ਉਥੇ ਉਹਨਾਂ ਦੇ ਨਿੱਕੇ ਨਿੱਕੇ ਕੰਮ ਕਰਦੇ ਆ ਰਹਿਣਾ ਚਾਹੁੰਦੇ ਸੀ ਜਾਂ ਫਿਰ ਉਹਨਾਂ ਦੇ ਪੁੱਤਰ ਦੇ ਵਿਆਹ ਦੀ ਗੱਲ ਸੋਚ ਕੇ ਖੁਸ਼ ਹੋਏ ਸੀ ਖੁਸ਼ ਹੋਣਾ ਤੇ ਕੋਈ ਜਰਮ ਨਹੀਂ ਸੀ ਤੂੰ ਘਰ ਜਾ ਬੀਬੀ ਨੇ ਫਿਕਰਾ ਪੂਰਾ ਕੀਤਾ ਉਹਦਾ ਦਿਲ ਹਿੱਲ ਗਿਆ ਪਰ ਬੀਬੀ ਨੇ ਅਜੇ ਗੱਲ ਨਹੀਂ ਸੀ ਮੁਕਾਈ ਕਹਿਣ ਲੱਗੇ ਥੋੜੇ ਚਿਰ ਪਿਛੇ ਜਦੋਂ ਸਾਰਿਆਂ ਟੁਰ ਜਾਣਗੇ ਮਾਂ ਤੋਂ ਕੁਝ ਕਿ ਆ ਜਾਈ ਉਹਦਾ ਕੁਮਲਾਇਆ ਚਿਹਰਾ ਖੜ ਗਿਆ ਜੀ ਕੀਤਾ ਉਹਨਾਂ ਦੇ ਪੈਰ ਚੁੰਮਲੇ ਪਰ ਬੀਬੀ ਜੀ ਅਜੇ ਹੀ ਗੱਲ ਨੂੰ ਚੰਗਾ ਨਹੀਂ ਸੀ ਸਮਝਦੇ ਜੇ ਕੋ ਪੁੱਛੇ ਤੂੰ ਇਹਨੇ ਖੁਸ਼ ਕੀ ਆਖ ਜੀ ਖੌਰੇ ਕਿਉ ਤੇ ਭਾਵੇਂ ਬੀਬੀ ਨੂੰ ਪਤਾ ਸੀ ਵੀ ਉਹਨੇ ਸ਼ਾਮੀ ਅਪਣਾ ਪਰ ਉਹਨੇ ਹੁਣੇ ਤੋਂ ਦੇਖਣਾ ਸ਼ੁਰੂ ਕਰਤਾ ਸੀ ਬਨੇ-ਬਾਨੇ ਛੱਤ ਤੇ ਆਉਣ ਜਾਣ ਲੱਗ ਪਏ ਸਨ ਉਹਦਾ ਆਪਣਾ ਵੀ ਜੀ ਕਰਦਾ ਸੀ ਉਹ ਛੱਤ ਤੇ ਜਾਏ ਕਬੂਤਰਾਂ ਦੀ ਛਤਰੀ ਵਾਂਗੂ ਉੱਥੇ ਗੱਡੀ ਰਵੇ ਤੇ ਲੋੜ ਦੇ ਵੇਲੇ ਤੱਕ ਸਾਰੇ ਕੰਮ ਕਾਜ ਮੁੱਕ ਗਏ ਉਹਨੇ ਪੱਤੇ ਵੇਲੇ ਦੀ ਰੋਟੀ ਵੀ ਉੱਥੇ ਹੀ ਖਾਧੀ ਸੀ ਤੇ ਉਹਦੇ ਜੀ ਕਰ ਉਹਦਾ ਜੀ ਕਰ ਜਾਣ ਨੂੰ ਨਹੀਂ ਸੀ ਚਾਹੁੰਦਾ ਪਰ ਬੀਬੀ ਜੀ ਨੇ ਉਹਨੂੰ ਘਰ ਘੱਲ ਦਿੱਤਾ ਉਹਦਾ ਜੀ ਕਰਦਾ ਸੀ ਉਹਦੇ ਹੁੰਦਿਆ ਆਉਂਦਾ ਉਹ ਵੇਖਦੀ ਬੀਬੀ ਜੀ ਵਿਰਾਗ ਨਾਲ ਉਹਦਾ ਮੂੰਹ ਸਿਰ ਚੁੰਮਦੇ ਨੇ ਮੂੰਹ ਸਿਰ ਚੁੰਮਣ ਦੇ ਖਿਆਲ ਨਾਲ ਉਹਦੀ ਕੁੱਖ ਜਪੀੜ ਜੀ ਉੱਠੀ ਉਹਦਾ ਸਾਰਾ ਅੰਦਰ ਮਮਤਾ ਦੇ ਜਜ਼ਬੇ ਨਾਲ ਛਲਕਣ ਲੱਗ ਪਿਆ ਉਹਦੀ ਮਾਂ ਨੇ ਉਹਨੂੰ ਤੰਦੂਰ ਤਾਣ ਲਈ ਆਖਿਆ ਉਹ ਛੱਤ ਤੇ ਮੰਤਰਟੀ ਲੈਣ ਗਈ ਤੇ ਉਹਨੇ ਵੇਖਿਆ ਪਿੰਡ ਦੇ ਆ ਬਨੇਰਿਆਂ ਰੁੱਖਾਂ ਤੇ ਮਸਜਿਦ ਦੇ ਮਨਾਰਿਆਂ ਉੱਤੇ ਬੈਠੇ ਕਬੂਤਰ ਸ਼ਹਿਰ ਵੱਲੋਂ ਆਉਣ ਵਾਲੀ ਸੜਕ ਵੱਲ ਵੇਖ ਰਹੇ ਸਨ ਤੇ ਉਹ ਆਪੋ ਉਹਦੇ ਮਨ 'ਚ ਕੀ ਏ ਉਹਨੇ ਆਪਣੇ ਆਪ ਕੋਲੋਂ ਪੁੱਛਿਆ ਜੇ ਕੋ ਪੁੱਛੇ ਤੇਰੇ ਅੰਦਰ ਕੀ ਏ ਤੂੰ ਆਖ ਜੀ ਤੰਦੂਰ ਤੰਦੂਰ 'ਚ ਰੋਟੀਆਂ ਲਾਉਂਦਿਆਂ ਹੋਇਆਂ ਉਹਨੂੰ ਜਰੇ-ਜਰੇ ਝੋਲਾ ਪੈਂਦਾ ਉਹਦੇ ਆਪਣੇ ਅੰਦਰ ਵੀ ਰੋਟੀਆਂ ਲੱਗੀਆਂ ਨੇ ਜਿਹੜੀਆਂ ਪੱਕ-ਪੱਕ ਕੇ ਸੜ ਚੱਲੀਆਂ ਨੇ ਪਰ ਕੋਈ ਲਾਉਂਦਾ ਨਹੀਂ ਉਹ ਆਪਣੇ ਘਰ 'ਚ ਸੀ ਪਰ ਉਹਦਾ ਦਿਲ ਤੇ ਦਿਮਾਗ ਵੀ ਬੀਬੀ ਜੀ ਦੇ ਵਿਹੜੇ 'ਚ ਰਹਿ ਗਏ ਸਨ ਉਹਨੂੰ ਉਹਨਾਂ ਵੱਲ ਜਾਣ ਦਾ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ ਉਹ ਅੱਗੇ ਬਹਾਨੇ ਦੇ ਬਗੈਰ ਵੀ ਜਾ ਸਕਦੀ ਸੀ ਪਰ ਅੱਜ ਖੌਰੀ ਉਹਨੂੰ ਕਿਉਂ ਸੰਗ ਆ ਰਹੀ ਸੀ ਜਦੋਂ ਕੁਝ ਮਹੀਨੇ ਪਹਿਲਾਂ ਉਹ ਛੁੱਟੀ ਗੁਜ਼ਾਰ ਕੇ ਗਿਆ ਸੀ ਉਹ ਬੀਬੀ ਜੀ ਦੇ ਨਾਲ ਉਹਨੂੰ ਸੇਮ ਨਾਲੇ ਦੇ ਪੁਲ ਇੱਕ ਵਿਦਾ ਕਰਨ ਗਈ ਸੀ ਤੇ ਉਹਨੂੰ ਬਿਲਕੁਲ ਸੰਗ ਨਹੀਂ ਸੀ ਆਈ ਪਤਾ ਨਹੀਂ ਪਿਛਲੇ ਕੁਝ ਦਿਨਾਂ ਚ ਕੀ ਹੋ ਗਿਆ ਸੀ ਕਿ ਉਹਦਾ ਚੇਤਾ ਕਰਕੇ ਹੀ ਉਹਦੀਆਂ ਗੱਲਾਂ ਪਖਾਣ ਲੱਗ ਪੈਨੀਆਂ ਸੀ ਰਾਤ ਨੂੰ ਛੱਤ ਤੇ ਜਾ ਕੇ ਸੌਣ ਤੋਂ ਪਹਿਲਾਂ ਉਹਨੇ ਅੰਦਰ ਜਾ ਕੇ ਕੁੜਤਾ ਪਾ ਲਿਆ ਇਹ ਜਾਣ ਕੇ ਖੁਸ਼ ਹੋਈ ਵੀ ਉਹਦੇ ਪਿੰਡੇ 'ਚ ਚਿੰਗਾ ਨਹੀਂ ਜਾਗੀਆਂ ਸਗੁਇੰਝ ਜਾਪਿਆ ਜਿਵੇਂ ਸੜਦੇ ਬਲਦੇ ਭਾਂਡੇ ਦੇ ਚੋਂ ਫੇਰ ਠੰਡਾ ਠੰਡਾ ਗੁਲਾਫ਼ ਚੜ ਗਿਆ ਹੋਵੇ ਪਿੰਡ ਦੇ ਸਾਰੇ ਲੋਕੀ ਛੱਤਾਂ ਉੱਤੇ ਸੁੱਤੇ ਪਏ ਸਨ ਉਦੇ ਨੇੜੇ ਉਹਦੀ ਮਾਂ ਤੇ ਭਰਾ ਦੀਆਂ ਮੰਝੀਆਂ ਸਨ ਪਰ ਉਹਨੂੰ ਡਰ ਲੱਗ ਰਿਹਾ ਸੀ ਜਿਵੇਂ ਇਸ ਰੇਸ਼ਮੀ ਕੁੜਤੇ ਦੀ ਖੁਸ਼ਬੂ ਸੁੰਘ ਕੇ ਕੋਈ ਪਰੀ ਜਾਂ ਦੇ ਆ ਜਾਏਗਾ ਤੇ ਉਹਨੂੰ ਚੁੱਕ ਕੇ ਲੈ ਜਾਏਗਾ ਜਾਂ ਕੋਈ ਭੂਤ ਨਾ ਜੰਬੜ ਜਾਏਗਾ ਉਹ ਜਰੇ ਜਰੇ ਸੌਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹਦਾ ਧਿਆਨ ਬੀਬੀ ਜੀ ਦੇ ਘਰ ਵੱਲ ਚਲਾ ਜਾਂਦਾ ਹੁਣ ਉਹਨੂੰ ਰੋਟੀ ਖਵਾ ਰਹੇ ਹੋਣਗੇ ਉਹਨੂੰ ਦਾ ਬਿਸਤਰਾ ਵਿਛਾ ਰਹੇ ਹੋਣਗੇ ਉਹਨੋ ਦੇ ਕੋਲ ਬਹਿ ਕੇ ਗੱਲਾਂ ਕਰਦੇ ਹੋਣਗੇ ਅਚਾਨਕ ਉੱtre ਗਏ ਹੌਲੀ ਹੌਲੀ ਪੈਰ ਰੱਖਦਾ ਪੌੜੀਆਂ ਛੱਡਦਾ ਹੁੰਦਾ ਸੀ ਡਰ ਨਾਲ ਉਹਦਾ ਸਾਹ ਸੁੱਕਣ ਲੱਗ ਪਿਆ ਚੋਰ ڈاکੂ ਚਿੰਫੂਤ ਕਈ ਤਰ੍ਹਾਂ ਦੇ ਵਿਸਵਸਿਆਂ ਉਹਨੂੰ ਘੇਰ ਲਿਆ ਉਹਦਾ ਜੀ ਕੀਤਾ ਵੀ ਮਾਂ ਨੂੰ ਆਵਾਜ਼ ਮਾਰੇ ਭਾਈ ਨੂੰ ਪੁਕਾਰੇ ਪਰ ਖੌਫ ਨਾਲ ਆਵਾਜ਼ ਉਹਦੇ ਸੰਗ ਵਿੱਚ ਫਸ ਗਈ ਉਹਨੇ ਦਿਲ ਡੱਡਾ ਕਰਕੇ ਹਨੇਰੇ 'ਚ ਤੱਕਿਆ ਤੇ ਦੇਖ ਕੇ ਉਹਦੇ ਮੂੰਹ ਚੋਂ ਚੀਕ ਨਿਕਲ ਗਈ ਵੀ ਉਹ ਇਹਦੀ ਪਵੰਦੀ ਘਲੋਤਾ ਸੀ ਕੀ ਹੋਇਆ ਉਦੀ ਮਾਂ ਉੱਠ ਕੇ ਉਹਦੇ ਕੋਲ ਆਈ ਹੁਣੇ ਉਹ ਇੱਥੇ ਖਲੋਤਾ ਸੀ ਉਹਨੇ ਕੰਬਦੀ ਆਵਾਜ਼ ਚ ਕਿਹਾ ਕੌਣ ਖੌਰੇ ਕੌਣ ਉਹਦਾ ਭਰਾ ਜਾਗ ਪਿਆ ਸੀ ਉਹਨੇ ਉੱਠ ਕੇ ਚਾਰ ਚੁਫੇਰੇ ਚੱਕਰ ਲਾਇਆ ਥੱਲੇ ਵਿਹੜੇ ਚ ਵੀ ਵੇਖਿਆ ਕੋਈ ਕਿਧਰੇ ਨਹੀਂ ਸੀ ਤੋ ਸੁਪਨਾ ਵੇਖਿਆ ਹੈ ਮਾਂ ਨੇ ਕਿਹਾ ਅੱਜ ਤਾਲ ڪرਸੀ 'ਤੇ ਪੜ ਕੇ ਸੌਂ ਜਾ ਉਹਨੇ ਅੱਜ ਤਾਲ ڪرਸੀ ਦੇ ਹੋਰ ਬਹੁਤ ਸਾਰੇ ਦਵਾਈ ਜਿਹੜੀਆਂ ਉਹਨੂੰ ਯਾਦ ਸਨ ਪੜੀਆਂ ਖੇਸ ਚ ਲੁੱਕ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨੂੰ ਨੀਂਦਰ ਨਾ ਆਈ ਉਹਨੂੰ ਇੰਜਨੀਸੀ ਕਰਨਾ ਚਾਹੀਦਾ ਉਹਨੇ ਸੋਚਿਆ ਪਰ ਫਿਰ ਉਹਨੂੰ ਖਿਆਲ ਆਇਆ ਉਹਨੂੰ ਵੀ ਤੇ ਇੰਜਨੀਸੀ ਕਰਨਾ ਚਾਹੀਦਾ ਬੀਬੀ ਜੀ ਨੇਕ ਨੇਕ ਤੇ ਚੰਗੇ ਨੇ ਸਾਰਾ ਪਿੰਡ ਉਹਨਾਂ ਦੀ ਇੱਜ਼ਤ ਕਰਦਾ ਪਰ ਉਹਨਾਂ ਦੀ ਬਰਿਆਂ ਬੱਦੀ ਦੀ ਇੱਜ਼ਤ ਮਿੱਟੀ 'ਚ ਰੋਲਡਾਣ ਚਾਹੁੰਦਾ ਜੇ ਉਹਦਾ ਭਰਾ ਵੇਖ ਲੈਂਦਾ ਤਾਂ ਕੀ ਹੁੰਦਾ ਇਸ ਸੋਚ ਕੇ ਉਹਦੇ ਲੂੰਖ ਕੰਡੇ ਖਲੋ ਗਏ ਪਰ ਉਹ ਇਸ ਤਰ੍ਹਾਂ ਦਾ ਤੇ ਨਹੀਂ ਸੀ ਜ਼ਰੂਰ ਉਹਨੂੰ ਸ਼ਹਿਰ ਦੀ ਹਵਾ ਲੱਗ ਗਈ ਖਰੇ ਕਿਉਂ ਜੀਆਂ ਭੇੜੀਆਂ ਭੇੜੀਆਂ ਗੱਲਾਂ ਸਿੱਖ ਗਿਆ ਹੋਵੇ ਪੌੜੀਆਂ ਉੱਤੇ ਫੇਰ ਪੈਰਾਂ ਦਾ ਖੜਾਕ ਹੋਇਆ। ਉਹਦਾ ਦਿਲ ਧੱਕ-ਧੱਕ ਕਰਨ ਲੱਗ ਪਿਆ। ਉਹਨੇ ਮੂੰਹ ਤੋਂ ਖੇਸ ਸਟਾਇਆ। ਸ਼ੱਕ ਦੂਰ ਕਰਨ ਲਈ ਕੰਨ ਲਾ ਕੇ ਸੁਣਿਆ। ਹੌਲੀ-ਹੌਲੀ ਫੁੱਲੇ ਪੈਰੀ ਕੋਈ ਪੌੜੀਆਂ ਚੜਦਾ ਹੁੰਦਾ ਸੀ। ਫਿਰ ਇੱਕwidehat ਉੱਚਾ ਹੋਇਆ, ਫਿਰ ਸਿਰ ਨਜ਼ਰੀ ਆਇਆ। ਫਿਰ ਧੌਣ ਮੋੜੇ ਤੇ ਫੇਰ ਉਹ। ਉਹਨੇ ਚੰਗੀ ਤਰ੍ਹਾਂ ਸਿਆਣਿਆ। ਬਿਲਕੁਲ ਉਹੀ ਸੀ ਬੀਬੀ ਜੀ ਦਾ ਪੁੱਤਰ। ਫਿਰ ਉਹ ਅਖੀਰੀ ਪੌੜੀ ਤੇ ਬਹਿ ਗਿਆ ਤੇ ਇਸ਼ਾਰਿਆਂ ਤੇ ਸਹਿਮਤਾ ਨਾਲ ਉਹਨੂੰ ਆਪਣੇ ਕੋਲ ਬੁਲਾਉਣ ਲੱਗ ਪਿਆ। ਉੱਥਰ-ਥਰ ਕੰਬੜ ਲੱਗ ਤੀ ਉਹਨੇ ਚੀਕ ਮਾਰਨੀ ਚਾਹੀ ਪਰ ਆਵਾਜ਼ ਉਹਦੇ ਸੰਗ ਚ ਹੀ ਫਸ ਗਈ ਉਹਨੇ ਖੇਸ ਨਾਲ ਸਾਰਾ ਪਿੰਡਾ ਲੁਕਾ ਲਿਆ ਸੁੱਕੇ ਪੱਤੇ ਵਾਂਗੂ ਡੋਲਦੀ ਪਈ ਸੀ ਉਹਦਾ ਦਿਲ ਜ਼ੋਰ-ਜ਼ੋਰ ਨਾਲ ਟੜਕੀ ਜਾ ਰਿਹਾ ਸੀ ਫਿਰ ਕੁਝ ਚਿਹਰੋ ਦੇ ਉੱਤੇ ਖੇਸ ਤਰੀਕਦਾ ਹੁਣ ਸਪਾਉਂਦਾ ਰਿਹਾ ਉਹਨੇ ਸੀ ਚਾਹੁੰਦੀ ਉਹਦੇ ਭਰਾ ਨੂੰ ਪਤਾ ਲੱਗੇ ਉੱਚਪ ਕਰਕੇ ਲੇਟੀ ਰਹੀ ਫਿਰ ਅਖੀਰ ਤੰਗ ਪੈ ਗਈ ਉੱਠ ਕੇ ਮਾਂ ਕੋਲ ਆ ਗਈ ਤੇ ਯਾਨੀ ਬਾਲੜੀ ਵਾਂਗ ਉਹਦੇ ਨਾਲ ਚੰਬੜ ਕੇ ਸੌਂ ਗਈ ਸਵੇਰੇ ਉੱਠ ਕੇ ਜਦੋਂ ਉਹਨੇ ਰਾਤ ਵਾਲੀ ਗੱਲ ਦਾ ਚੇਤਾ ਕੀਤਾ ਤਾਂ ਉਹਦਾ ਦਿਲ ਨੂੰ ਰੁਗ ਭਰਿਆ ਗਿਆ ਹੋਈ ਏਡੀ ਬੇਸ਼ਰਮੀ ਉਹਨੇ ਸੋਚਿਆ ਜ਼ਰੂਰ ਬੀਬੀ ਜੀ ਨੂੰ ਸ਼ਿਕਾਇਤ ਲਾਏਗੀ ਉਹ ਫਿਰ ਆਪਣੀਆਂ ਬੁਰੀਆਂ ਹਰਕਤਾਂ ਤੋਂ ਨਾ ਮੁੜਿਆ ਤਾਂ ਆਪਣੇ ਭਰਾ ਨੂੰ ਸਭ ਕੁਝ ਦੱਸ ਦੇਗੀ ਛੱਤ ਤੋਂ ਲੈ ਕੇ ਉਹਨੇ ਸਭ ਤੋਂ ਪਹਿਲਾਂ ਰੇਸ਼ਮੀ ਕੁੜਤਾ ਲਾ ਕੇ ਸੁਟਿਆ ਆਪਣੇ ਮੋٹے ਪੁਰਾਣੇ ਮਾਮੂਲੀ ਕੱਪੜੇ ਪਾ ਲਏ ਫਿਰ ਹੱਥ ਮੂੰਹ ਧੋ ਕੇ ਪਾਣੀ ਦਾ ਪਿਆਲਾ ਪੀ ਕੇ ਬੀਬੀ ਜੀ ਵੱਲ ਟੁਰ ਪਈ ਉਹਨੇ ਸੋਚ ਲਿਆ ਸੀ ਕਿ ਉਹ ਜਾਣਦੇ ਸਭ ਕੁਝ ਆਖ ਦੇਗੀ ਤੇ ਸਬਕ ਪੜਿਆ ਤੇ ਕੰਮ ਕਾਜ ਕੀਤੇ ਬਗੈਰ ਪਰਤ ਆਏਗੀ ਬੀਬੀ ਜੀ ਵੇੜੇ 'ਚ ਡਿਠੀਆਂ ਆਪਣੇ ਤੇ ਆਪਣੇ ਪੁੱਤਰ ਦੀਆਂ ਮੰਝੀਆਂ ਤੋਂ ਬਿਸਤਰੇ ਲਪੇਟ ਰਹੇ ਸੀ ਖੋਰੇ ਉੱਠ ਕੇ ਪੈਲੀਆਂ ਵੱਲ ਗਿਆ ਹੋਇਆ ਸੀ ਉਹਨੇ ਛੇਤੀ ਨਾਲ ਕਿਹਾ ਬੀਬੀ ਜੀ ਤੁਹਾਡਾ ਪੁੱਤਰ ਬੀਬੀ ਜੀ ਨੇ ਉਦਾਸ ਨਜ਼ਰਾਂ ਨਾਲ ਉਹਦੇ ਵੱਲ ਤੱਕਿਆ ਤੇ ਉਹਦੀ ਗੱਲ ਟੁੱਕ ਕੇ ਕਹਿਣ ਲੱਗੇ ਰੱਬ ਖੈਰ ਕਰੇ ਖੋਰੇ ਕਿਉਂ ਨਹੀਂ ਆਇਆ ਉਹ ਹੈਰਾਨ ਹੋ ਕੇ ਉਹਨਾਂ ਦਾ ਮੂੰਹ ਟੱਕਣ ਲੱਗ ਪਈ ਪੰਮਵਾ